ਪਟਿਆਲਾ 'ਚ ਹੈਰੀਟੇਜ ਮੇਲਾ ਸ਼ੁਰੂ ਹੋਣ ਜਾ ਰਿਹਾ। ਇੱਥੇ ਤੁਹਾਨੂੰ ਦੱਸਦੀ ਹੈ ਕਿ ਇਹ ਮੇਲਾ 21 ਫਰਵਰੀ ਤੋਂ ਸ਼ੁਰੂ ਹੋ ਕੇ 27 ਫਰਵਰੀ ਤੱਕ ਚੱਲੇਗਾ ਅਤੇ ਪਟਿਆਲਾ ਪ੍ਰਸ਼ਾਸਨ ਵੱਲੋਂ ਇਸ ਮੇਲੇ ਨੂੰ ਲੈ ਕੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਸੜਕ ਤਾਂ ਖੱਡੇ ਦੌਰੇ ਬਹੁਤ ਦੇਰ ਦੇ ਨੇ, ਇਹ ਸੜਕ ਬਣਦੀ ਵੀ ਹੋ ਗਏ 10 ਦਿਨ ਤੋਂ ਉੱਤੇ ਤਾਂ ਹੋ ਗਏ ਜੀ, 10 ਦਿਨ ਤੋਂ ਉੱਤੇ ਹੀ ਹੋ ਗਿਆ, ਇਸ ਤਰ੍ਹਾਂ ਹੀ ਖਿਲਾਰਾ ਪਿਆ। ਹੁਣ ਗੱਲ ਕਰੀਏ ਪ੍ਰਸ਼ਾਸਨ ਉੱਧਰ ਪੈਸਾ ਲਾ ਰਿਹਾ ਸੀਸ ਮਹਿਲ ਦੇ ਉੱਤੇ ਤਿਆਰੀ ਨੂੰ ਲੈ ਕੇ, 2 ਦਿਨ ਲੈ ਕੇ ਮੇਲੇ ਨੂੰ, ਲੇਕਿਨ ਹਾਲੇ ਤੱਕ ਸੜਕ ਨਹੀਂ ਬਣੀ। ਸੜਕ ਤੁਸੀਂ ਹਾਲ ਦੇਖ ਲਗਦਾ ਵੀ ਮੇਲੇ ਤੋਂ ਬਾਅਦ ਹੀ ਬਣੇਗੀ, ਹੁਣ ਮੇਲੇ ਤੋਂ ਬਾਅਦ ਬਣੇਗੀ, ਬਣਨੀ ਹੋ ਨਹੀਂ ਹੈਗੀ। 5 ਵਜੇ ਤੇ ਸਵੇਰੇ ਫਿਸਲ ਗਿਆ ਮੋਟਰਸਾਈਕਲ ਵਾਲਾ, ਗੱਡੀ ਉਰੇ ਮੋੜ ਦੇ ਪੱਲੇ ਪਾਸੇ ਜਾਂਦੀ ਹੈ ਤੇ ਸਲਿੱਪ ਕਰਦੀ ਹੈ, ਲੇਕਿਨ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ ਇਹਨੂੰ, ਨਹੀਂ ਦੇ ਰਹੇ, ਜਮਾਂ ਹੀ ਧਿਆਨ ਨਹੀਂ ਦੇ। ਰਾਜਾ ਸਾਹਿਬ ਚਾਹੇਗੇ ਤਾਂ ਸਭ ਕੁਝ ਹੋ ਜਾਏਗਾ, ਨਹੀਂ ਚਾਹੇਗੇ ਕੁਝ ਨਹੀਂ। जितने भी तैयारियां वहां पे होनी थी उसके लिए हमने डिफरेंट टीम्स और डिफरेंट ऑफिसर्स की जिम्मेदारी फिक्स की हुई है। जितने भी टेंडर्स वगैरह होने थे वो सारा कुछ जो है वो कंप्लीट हो चुका है और वर्क इन प्रोग्रेस है। लगभग अभी तक 70-75% काम हो चुका है, 20-25% काम अभी बचा हुआ है जो हम एक्सपेक्ट कर रहे हैं कि अगले 2 दिनों में काम कंप्लीट हो। उसमें बजरी वगैरह सारी डाली हुई है, लेकिन डिपार्टमेंट के अपने कुछ नॉर्म्स है कि जो इस मौसम में जो है वो विटामिन की कोट्स वगैरह जो फाइनल लेयर जो है वो नहीं डालते, लेकिन चूंकि ये इवेंट इंपॉर्टेंट है और काफी ज्यादा पब्लिक ने आना है तो हमने उनको बताया है कि वो इसको दोबारा से रीलुक करके ये वाला जो है सड़क डलवा दें। आई एम होपफुल कि अगले 2 दिनों में ये भी हो। फॉर ऑल अपडेटेड न्यूज प्लीज सब्सक्राइब एवन न्यूज एंड रिंग द बेल।